ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਸੇਵਾ ਸਲਾਹ ਦੇ ਪ੍ਰੋਗਰਾਮ ਏਕ ਓਂਕਾਰ ਵਿੱਚ ਆਪ ਜੀ ਦਾ ਸਵਾਗਤ ਹੈ। ਸਤਸੰਗਤ ਜੀ, ਅੱਜ ਦੇ ਧਰਮ ਵਿਚਾਰ ਦਾ ਵਿਸ਼ਾ ਹੈ ਭਾਈ ਗੁਰਦਾਸ ਜੀ ਦੀ ਕਵਿਤ ਹੈ, ਪ੍ਰੀਤਮ ਕੈ ਦੇਸ ਕੈਸੇ ਬਾਦਲ ਸਹਿ ਜਾਈਏ। ਇਸ ਵਿਸ਼ੇ ਤੇ ਵਿਚਾਰਾਂ ਨੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਗਿਆਨੀ ਜੈਵਰ ਸਿੰਘ ਜੀ, ਜੋ ਕਿ ਗੁਰਮਤਿ ਪ੍ਰਚਾਰਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਜੀ। ਆਪ ਜੀ ਦਾ ਪ੍ਰੋਗਰਾਮ ਏਕ ਓਂਕਾਰ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਇਸ ਤੋਂ ਪਹਿਲਾਂ ਕੀ ਜੀ ਧਰਮ ਵਿਚਾਰ ਅੱਜ ਦੇ ਧਰਮ ਵਿਚਾਰ ਦਾ ਵਿਸ਼ਾ ਹੈ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਹਿ ਜਾਈਏ। ਜੈਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਸਦਾ ਭਾਵ ਜਾਣਨਾ ਚਾਹਾਂਗੇ ਇਸ ਪੰਕਤੀ ਦਾ। ਸਭ ਤੋਂ ਪਹਿਲੀ ਗੱਲ, ਇਹ ਪਾਵਨ ਗੁਰਦਾਸ ਜੀ ਦੇ ਕਾਵਿ ਦੇ ਵਿੱਚ ਮੌਜੂਦ ਹਨ, ਜਿਹਦੇ ਵਿੱਚ ਭਾਈ ਗੁਰਦਾਸ ਨੇ ਕਥਨੀ ਅਤੇ ਕਰਨੀ ਦੇ ਸੁਮੇਲ ਦੀ ਗੱਲ ਸਮੁੱਚੀ ਦੁਨੀਆ ਦੇ ਹਰ ਪ੍ਰਾਣੀ ਮਾਤਰ ਨੂੰ ਸਮਝਾਈ ਹੈ। ਇਹ ਵਚਨ ਇੱਥੋਂ ਸ਼ੁਰੂ ਹੁੰਦਾ ਹੈ ਕਿ ਪੂਛਤ ਪਥਿਕ ਅਤੇ ਮਾਰਗ ਨਾ ਧਾਰੇ ਪਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸਜਾਈਏ। ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਕਹਿਣ ਲੱਗੇ ਬੜੀ ਹੈਰਾਨੀ ਹੁੰਦੀ ਹੈ, ਅਫਸੋਸ ਵੀ ਹੁੰਦਾ ਹੈ ਅਤੇ ਦੁੱਖ ਵੀ ਹੁੰਦਾ ਹੈ। ਕਈ ਵਾਰੀ ਇੱਕ ਰਾਹਗੀਰ ਕਿਸੇ ਕੋਲ ਰਸਤਾ ਪੁੱਛ ਵੀ ਲਵੇ, ਜੇਕਰ ਉਹ ਚੱਲੇ ਹੀ ਨਾ ਤਾਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਨਹੀਂ ਨਾ ਪਾਉਂਦਾ। ਠੀਕ ਇਸੇ ਤਰ੍ਹਾਂ ਸੱਚ ਪੁੱਛੋ, ਜਦੋਂ ਤੋਂ ਮਨੁੱਖ ਦੁਨੀਆ ਵਿੱਚ ਆਇਆ ਹੈ ਇਹਦੀ ਯਾਤਰਾ ਉਦੋਂ ਤੋਂ ਹੀ ਸ਼ੁਰੂ ਹੋਈ ਹੈ, ਸੰਸਾਰ ਤੋਂ ਨਿਰੰਕਾਰ ਤੱਕ। ਇਸੇ ਤਰ੍ਹਾਂ ਬੇਅੰਤ ਵਾਰੀ ਗੁਰਬਾਣੀ ਦੇ ਵਿੱਚ ਵੀ ਗੁਰਮੁਖੋ ਬਖਸ਼ਿਸ਼ਾਂ ਕਰਕੇ ਸਤਿਗੁਰੂ ਨੇ ਸਾਨੂੰ ਸਮਝਾਇਆ ਕਿ ਇਹ ਮਨੁੱਖ ਪਰਮਾਤਮਾ ਦੀ ਤੂੰ ਅੰਸ਼ ਹੈ, ਪਰਮਾਤਮਾ ਦੇ ਨਾਲ ਜੁੜਨ ਦੀ ਹਮੇਸ਼ਾ ਤੇਰੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਅਤੇ ਸੱਚਾਈ ਵੀ ਹੈ ਕਿ ਲੋਕ ਕੋਸ਼ਿਸ਼ ਕਰਦੇ ਵੀ ਹਨ, ਪਰ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਜਦੋਂ ਮੈਂ ਨੇੜੇ ਹੋ ਕੇ ਵੇਖਦਾ ਹਾਂ ਅਤੇ ਕਥਨੀ ਅਤੇ ਕਰਨੀ ਦਾ ਸੁਮੇਲ ਬਹੁਤ ਥੋੜ੍ਹੇ ਲੋਕ ਐਸੇ ਹਨ ਜਿਹੜੇ ਕਰਦੇ ਹਨ, ਨਹੀਂ ਤਾਂ ਬਹੁਤੇ ਦੁਨੀਆ ਵਿੱਚ ਐਸੇ ਹਨ, ਬਾਹਰੋਂ ਨਿਰਮਲ ਜੀਓ ਤੇ ਮਹਿਲੇ। ਸੋ ਗੁਰਮੁਖੋ, ਇਸ ਕਵਿਤ ਦੇ ਰਾਹੀਂ ਭਾਈ ਗੁਰਦਾਸ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਸਾਂਝਾ ਉਪਦੇਸ਼ ਦੇ ਕੇ ਬਖਸ਼ਿਸ਼ ਕੀਤੀ। ਕਹਿਣ ਲੱਗੇ, ਹੇ ਸੰਸਾਰ ਦੇ ਲੋਕੋ, ਜੇਕਰ ਚਾਹੁੰਦੇ ਹੋ ਕਿ ਸਾਡਾ ਇਹ ਲੋਕ ਅਤੇ ਪਰਲੋਕ ਸਵਰ ਸਕੇ, ਪਰਮਾਤਮਾ ਦੇ ਚਰਨਾਂ ਵਿੱਚ ਸਾਡੀ ਜਿਹੜੀ ਪ੍ਰਵਾਨਗੀ ਹੈ ਉਹ ਹੋ ਸਕੇ, ਸਾਨੂੰ ਸੰਸਾਰ ਦੇ ਵਿੱਚ ਲੋਕ ਕਹਿ ਸਕਣ ਕਿ ਚੱਲ ਆ ਪਤ ਸਿਉਂ ਜਨਮ ਸਵਾਰ, ਵਾਜਾ ਵਾਏ ਸੀ, ਇਹ ਗੱਲ ਸੱਚ ਹੋ ਸਕੇ, ਤਾਂ ਸਭ ਤੋਂ ਪਹਿਲਾਂ ਕਥਨੀ ਅਤੇ ਕਰਨੀ ਦਾ ਸੁਮੇਲ ਬਣਾਓ। ਨਹੀਂ ਤਾਂ ਕਿਤੇ ਐਸਾ ਨਾ ਹੋਵੇ ਕਿ ਪੂਛਤ ਪਥਿਕ ਅਤੇ ਮਾਰਗ ਨਾ ਧਾਰੇ ਪਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸਹਿ ਜਾਈਏ। ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਗੁਰਦਾਸ ਬਹੁਤ ਮਹਾਨ ਵਿਦਵਾਨ ਹਨ, ਹਰ ਗੁਰੂ ਨਾਨਕ ਨੇ ਨਾਮ ਲੇਵਾ ਪੰਥ ਦਰਦੀ ਇਸ ਗੱਲ ਤੋਂ ਸਹਿਮਤ ਹੈ ਕਿ ਭਾਈ ਗੁਰਦਾਸ ਵਰਗਾ ਗਿਆਨ ਦੁਨੀਆ ਦੇ ਵਿੱਚ ਬਹੁਤ ਥੋੜ੍ਹੇ ਐਸੀਆਂ ਰੂਹਾਂ ਹੁੰਦੀਆਂ ਹਨ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਐਸੀ ਬਖਸ਼ਿਸ਼ ਕਰਦਾ। ਸੋ ਅੱਜ ਦਾ ਇਹ ਵਿਸ਼ਾ ਚੱਲਦਾ ਪਿਆ ਕਿ ਕੇਵਲ ਗੱਲਾਂ ਬਾਤਾਂ ਨਾਲ ਜਾਂ ਦੁਨੀਆ ਵੀ ਵਿਖਾਵਾ ਕਰਕੇ ਜਾਂ ਦੁਨੀਆ ਵੀ ਹੋਰ ਤਰ੍ਹਾਂ ਦੇ ਧਰਮ ਦੇ ਨਾਮ 'ਤੇ ਕਰਮ ਕਰਕੇ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਹਾਂ, ਤੁਸੀਂ ਰੱਬ ਦੇ ਨਾਲ ਨਹੀਂ ਮਿਲ ਸਕਦੇ, ਪਰਮਾਤਮਾ ਦੇ ਦੇਸ, ਕਿਉਂਕਿ ਜਾਣਾ ਸਭ ਨੇ ਹੈ। ਇਸੇ ਤਰ੍ਹਾਂ ਬਾਣੀ ਦੇ ਵੀ ਜ਼ਿਕਰ ਆਇਆ ਕਿ ਅਨੇਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੈਂ ਆਏ। ਕਦੇ ਵੀ ਕੋਈ ਮਨੁੱਖ ਇਸ ਭੁਲੇਖੇ ਵਿੱਚ ਨਾ ਰਹੇ ਕਿ ਸੰਸਾਰ ਦੇ ਵਿੱਚ ਮੈਂ ਹਮੇਸ਼ਾ ਰਵਾਂਗਾ,
ਸਤਿਗੁਰੂ ਜੀ ਨੇ ਗੁਰਮੁਖੋਂ ਬੇਅੰਤ ਵਾਰੀ ਬਾਣੀ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਬੰਦੇ ਸੰਸਾਰ ਤੋਂ ਜਾਣਾ ਪਵੇਗਾ। ਇਸ ਕਰਕੇ ਜੇਕਰ ਚਾਹੁੰਦਾ ਹੈ ਕਿ ਮੈਂ ਸੰਸਾਰ ਤੋਂ ਜਦੋਂ ਜਾਵਾਂ ਅਤੇ ਨਿਰੰਕਾਰ ਦੇ ਦੇਸ਼ ਵਿੱਚ ਭਾਵ ਵਾਹਿਗੁਰੂ ਦੇ ਚਰਨਾਂ ਵਿੱਚ ਮੈਂ ਕਬੂਲ ਹੋ ਜਾਵਾਂ, ਪ੍ਰਵਾਨ ਹੋ ਸਕਾਂ, ਇਸ ਵਾਸਤੇ ਰੋਜ਼ ਅਰਦਾਸ ਕਰਿਆ ਕਰ, ਵਾਹਿਗੁਰੂ ਮੇਰੇ 'ਤੇ ਐਸੀ ਬਖਸ਼ਿਸ਼ ਕਰੋ ਕਿ ਜੀਓ ਨਿਰਮਲ ਬਾਹਰੋਂ ਨਿਰਮਲ ਮੈਂ ਹੋ ਜਾਵਾਂ। ਕਿਉਂਕਿ ਗੱਲ ਚੱਲਦੀ ਪਈ ਹੈ ਕਿ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਹਿ ਜਾਈਏ। ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ ਕੇਵਲ ਗੱਲਾਂ ਬਾਤਾਂ ਨਾਲ ਨਹੀਂ, ਕਿਉਂਕਿ ਇਹ ਜਿਹੜੇ ਕਵਿਤ ਨੇ ਨਾ ਬੜਾ ਮਹਾਨ ਗਿਆਨ ਬਖਸ਼ਿਸ਼ ਕਰਕੇ ਮਨੁੱਖ ਨੂੰ ਦਲੀਲਾਂ ਦੇ ਕੇ ਸਮਝਾਉਂਦੇ ਹੈ। ਇਸੇ ਤਰ੍ਹਾਂ ਹੋਰ ਵੀ ਕਵਿਤ ਭਾਈ ਗੁਰਦਾਸ ਦੇ ਬੇਅੰਤ ਹਨ ਅਤੇ ਨਾਲ ਇਹ ਗੱਲ ਆਖੀ ਹੈ। ਕਹਿਣ ਲੱਗੇ ਇਸ ਗੱਲ ਨੂੰ ਸਮਝੀ ਸੌਖੀ ਸਮਝਣ ਵਾਸਤੇ ਮਨੁੱਖ ਇਸ ਗੱਲ ਦਾ ਵਿਚਾਰ ਕਰ ਕਿ ਜਿਸ ਤਰ੍ਹਾਂ ਕੋਈ ਬੰਦਾ ਖੰਡ ਦੇ ਕੋਲ ਬਹਿ ਕੇ ਆਖੀ ਜਾਵੇ, ਜੇ ਖੰਡ ਬੜੀ ਮਿੱਠੀ ਹੁੰਦੀ ਹੈ ਔਰ ਅਸੀਂ ਜਾਣਦੇ ਵੀ ਹਾਂ ਵੀ ਖੰਡ ਮਿੱਠੀ ਹੁੰਦੀ ਹੈ, ਪਰ ਜੇਕਰ ਉਹਨੂੰ ਕੋਈ ਚੱਖੇ ਹੀ ਨਾ ਉਹਦੇ ਸਵਾਦ ਦਾ ਪਤਾ ਨਹੀਂ ਲੱਗ ਸਕਦਾ। ਖਾਂਡ ਖਾਂਡ ਕਹਿ, ਇਹ ਵੀ ਭਾਈ ਗੁਰਦਾਸ ਦਾ ਕਵਿਤ ਹੈ, ਖਾਂਡ ਖਾਂਡ ਕਹਿ ਜਿਹਵਾ ਨਾ ਸਵਾਦ ਮਿੱਠੋ ਆਵੇ, ਅਤੇ ਕਹਿਣ ਲੱਗੇ ਕੋਈ ਖੰਡ ਦੀ ਬੋਰੀ ਦੇ ਕੋਲ ਵੇਚ ਸਕਿਓ ਨਾ ਬਹਿ ਜਾਏ ਪਰ ਉਹਦਾ ਮੂੰਹ ਮਿੱਠਾ ਨਹੀਂ ਹੋਏਗਾ। ਸਰਦੀਆਂ ਦੇ ਵਿੱਚ ਬੜੀ ਸੌਖੀ ਗੱਲ ਹੈ, ਕਹਿਣ ਲੱਗੇ ਵੀ ਅੱਗ ਦੇ ਕੋਲ ਕੋਈ ਬੰਦਾ ਬਹਿ ਜਾਏ ਨਾ ਤਾਂ ਵੀ ਠੰਡ ਦੂਰ ਹੋ ਜਾਂਦੀ, ਪਰ ਜੇਕਰ ਉਹ ਗੱਲਾਂ ਹੀ ਕਰੀ ਜਾਏ ਜੇ ਅੱਗ ਦੇ ਕੋਲ ਬਹਿ ਜਾਈਏ ਤਾਂ ਠੰਡ ਦੂਰ ਬੈਠੀ ਨਾ। ਅਤੇ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਮੁੱਕਦੀ ਗੱਲ ਇਹ ਹੈ ਕਿ ਜਦੋਂ ਤੱਕ ਕਥਨੀ ਅਤੇ ਕਰਨੀ ਦਾ ਸੁਮੇਲ ਨਹੀਂ ਹੋਏਗਾ ਗੱਲੀ ਯੋਗ ਨਾ ਹੋਈ, ਕਿਉਂਕਿ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈਏ। ਅਸੀਂ ਕੇਵਲ ਦੁਨੀਆ ਵੀ ਕਹਾਣੀ ਨਾ ਪਾ ਕੇ ਨਾ ਭਾਈ ਗੁਰਦਾਸ ਜੀ ਦੀ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਵਾਸਤੇ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੇਅੰਤ ਦਲੀਲਾਂ ਐਸੀਆਂ ਹਨ ਕਿ ਹੇ ਬੰਦੇ ਜੇਕਰ ਚਾਹੁੰਦਾ ਹੈ ਕਿ ਮੈਂ ਪਰਮਾਤਮਾ ਦੇ ਦੇਸ਼ ਜਾ ਸਕਾਂ, ਕਿਉਂਕਿ ਇਹ ਤਾਂ ਸੱਚਾਈ ਹੈ ਨਾ ਕਿ ਸਭ ਨੇ ਸੋਰੇ ਵੰਜਣਾ, ਇਹ ਸੱਚ ਪੁੱਛੋ ਤਾਂ ਆਪਣਾ ਪੇਕਾ ਘਰ ਹੈ ਅਤੇ ਪੇਕੇ ਘਰ ਤੋਂ ਸੋਰੇ ਘਰ ਜਾਣਾ ਹੈ। ਪਰ ਅਫਸੋਸ ਵੀ ਹੈ ਅਤੇ ਦੁੱਖ ਵੀ ਹੈ ਅਤੇ ਹੈਰਾਨਗੀ ਵੀ ਹੁੰਦੀ ਹੈ ਕਿ ਮਨੁੱਖ ਨੂੰ ਕਈ ਵਾਰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ, ਬਾਣੀ ਦੇ ਵਿੱਚ ਰੋਜ਼ ਬੇਨਤੀਆਂ ਕੀਤੀਆਂ ਹਨ ਕਿ ਘਰ ਘਰ ਇਹੋ ਪਾਹੁਚਾ, ਪਾਹੁਚਾ ਦਾ ਅਰਥ ਹੁੰਦਾ ਮੌਤ ਦੀ ਚਿੱਠੀ, ਕਿਉਂਕਿ ਜੇ ਗੱਲ ਚੱਲ ਰਹੀ ਹੈ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਹਿ ਜਾਈਏ। ਸੋ ਗੁਰੂ ਪਿਆਰੀ ਸਾਧ ਸੰਗਤ, ਕਿੰਨੇ ਭਾਗਾਂ ਵਾਲੇ ਹੋਣਗੇ ਉਹ ਜੀਵ ਜਿਹੜੇ ਮੇਰੇ ਸਤਿਗੁਰੂ ਜੀ ਦੀ ਗੱਲ ਨੂੰ ਸੁਣ ਵੀ ਲੈਣ ਔਰ ਮੰਨ ਵੀ ਲੈਣ ਔਰ ਐਸੀ ਅਵਸਥਾ ਬਣ ਜਾਏ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲਨਾਓ। ਸੋ ਜਿਸ ਤਰ੍ਹਾਂ ਤੁਸੀਂ ਸ਼ੁਰੂ ਵਿੱਚ ਗੱਲ ਕੀਤੀ ਨਾ ਇਹ ਪੰਕਤੀ ਦੇ ਅਰਥ ਕੀ ਹਨ, ਇਸ ਪੰਕਤੀ ਦੇ ਸਭ ਤੋਂ ਸੌਖੇ ਅਰਥ ਇਹੀ ਹਨ ਕਿ ਜਦੋਂ ਤੱਕ ਬੰਦੇ ਤੇਰੀ ਕਥਨੀ ਅਤੇ ਕਰਨੀ ਦਾ ਸੁਮੇਲ ਨਹੀਂ ਨਾ ਹੁੰਦਾ, ਵਾਹਿਗੁਰੂ ਪਰਮਾਤਮਾ ਦੇ ਦੇਸ਼ ਵਿੱਚ ਜਿਹੜਾ ਸਭ ਦਾ ਮਾਲਕ ਹੈ, ਕਿਉਂਕਿ ਸੱਚ ਪੁੱਛੋ ਅਤੇ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਲ ਸਵਾਈ, ਸਵਾਈ ਦਾ ਅਰਥ ਹੁੰਦਾ ਸਾਰੀਆਂ ਹੀ, ਅਸੀਂ ਜਿੰਨੇ ਵੀ ਸੰਸਾਰ ਦੇ ਜੀਵ ਹਾਂ ਪਰਮਾਤਮਾ ਦੀਆਂ ਜੀਵ ਰੂਪੀ ਇਸਤਰੀਆਂ ਹਾਂ। ਬੇਅੰਤ ਵਾਰੀ ਬਾਣੀ ਦੇ ਵਿੱਚ ਇਹ ਗੱਲ ਆਈ ਹੈ ਕਿ ਪਰਮਾਤਮਾ ਵਾਹਿਗੁਰੂ ਸਮੁੱਚੇ ਜੀਵਾਂ ਦਾ ਖਸਮ ਹੈ, ਸਿਰ ਦਾ ਸਾਈਂ ਹੈ, ਮਾਲਕ ਹੈ। ਅਤੇ ਬੜੀ ਸੌਖੀ ਗੱਲ ਹੈ, ਦੁਨੀਆਵੀ ਤੌਰ ਤੋਂ ਸਮਾਜ ਵਿੱਚ ਵੀ ਅਸੀਂ ਵੇਖ ਲਈਏ ਨਾ, ਤੁਸੀਂ ਸਭ ਸਮਝਦੇ ਹੋ ਕਿ ਜੇਕਰ ਕੋਈ ਸਾਡੀ ਧੀ ਭੈਣ ਪੇਕੇ ਘਰ ਦੇ ਵਿੱਚ ਰਹਿ ਕੇ ਸਹੁਰੇ ਘਰ ਦੀ ਤਿਆਰੀ ਕਰੇ ਹੀ ਨਾ ਅਤੇ ਉਹ ਜਿਹੜਾ ਮਾਣ ਸਤਿਕਾਰ ਹੈ ਨਾ ਉਹ ਸਹੁਰੇ ਘਰ ਦੇ ਵਿੱਚ ਪ੍ਰਾਪਤ ਨਹੀਂ ਹੁੰਦਾ। ਇਸੇ ਕਰਕੇ ਬੇਅੰਤ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਇਆ ਕਿ ਬੰਦੇ ਜਾਗ ਜਾ, ਸੁਚੇਤ ਹੋ ਜਾ। ਅਤੇ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਮੈਂ ਗੁਰੂ ਘਰ ਦੇ ਵਿੱਚ ਬੜਾ ਨੇੜੇ ਹੋ ਕੇ ਵੇਖਿਆ ਸੰਸਾਰ ਦੇ ਲੋਕੋ
ਕੇਵਲ ਗੱਲਾਂ ਬਾਤਾਂ ਦੇ ਨਾਲ, ਕਿਉਂਕਿ ਗੱਲੀਆਂ ਸੀ ਚੰਗੀਆਂ ਆਚਾਰ ਹੀ ਬੁਰੀਆਂ, ਗੱਲ ਉਹੀ ਚੱਲ ਰਹੀ ਕਿ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਹਿ ਜਾਈਏ। ਤੁਸੀਂ ਸਭ ਕੁਝ ਸਮਝਦੇ ਹੋ ਦੁਨੀਆਂ ਦੇ ਬਿਨਾਂ। ਕਬੀਰ ਸਾਹਿਬ ਨੇ ਗੱਲ ਆਖੀ ਕਿ ਸੱਚ ਪੁੱਛੋ ਅਤੇ ਪਰਮਾਤਮਾ ਨੂੰ ਵੀ ਲੋਕਾਂ ਨੇ ਖਿਡੌਣਾ ਸਮਝਿਆ, ਵੱਖ ਵੱਖ ਤਰੀਕੇ ਅਪਣਾਉਣਗੇ, ਵੱਖ ਵੱਖ ਬਾਣੇ ਦੀ ਗੱਲ ਜਾਂ ਵੱਖ ਵੱਖ ਵਿਚਾਰਾਂ ਦੀ ਗੱਲ ਕਰਨਗੇ, ਪਰ ਸੱਚਾਈ ਪਤਾ ਕੀ ਹੈ? ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਕਨ ਰਾਮ ਖਿਲੋਣਾ ਜਾਣਾ। ਕਹਿਣ ਲੱਗੇ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ। ਇਸ ਤਰ੍ਹਾਂ ਤੁਸੀਂ ਵੇਖੋ ਕਿਸੇ ਵੀ ਤਰੀਕੇ ਨਾਲ ਯਤਨ ਕਰੋ, ਪਰ ਪਰਮਾਤਮਾ ਦੇ ਦੇਸ਼ ਵੀ ਇਸ ਤਰ੍ਹਾਂ ਨਹੀਂ ਪਹੁੰਚ ਸਕਦੇ। ਇਸੇ ਕਰਕੇ ਜੇਕਰ ਪਰਮਾਤਮਾ ਦੇ ਦੇਸ਼ ਵੀ ਜਾਣਨਾ ਹੈ, ਭਾਵ ਕੀ ਹੈ ਕਿ ਜੇਕਰ ਵਾਹਿਗੁਰੂ ਦੇ ਦਰ 'ਤੇ ਕਬੂਲ ਹੋਣਾ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਗੁਰਮਤਿ ਦੇ ਮਹਾਨ ਵਿਦਵਾਨ ਪੰਥ ਦੜ ਦੀ ਬਹੁਤ ਹੀ ਵਿਵੇਕ ਬੁੱਧੀ ਦੇ ਮਾਲਕ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ। ਭਾਈ ਰਸਤੇ 'ਤੇ ਚੱਲਣਾ ਪਵੇਗਾ, ਆਪ ਮਿਹਨਤ ਕਰਨੀ ਪਵੇਗੀ, ਅਤੇ ਜੇਕਰ ਕੋਈ ਰਾਹਗੀਰ ਕਿਸੇ ਨੂੰ ਰਸਤਾ ਪੁੱਛ ਵੀ ਲਵੇ ਅਤੇ ਉੱਥੇ ਖੜ ਕੇ ਹੀ ਆਖੀ ਜਾਵੇ, ਫੜਜ ਕਰੋ ਅਸੀਂ ਚੰਡੀਗੜ੍ਹ ਜਾਣਾ ਹੋਵੇ ਅਤੇ ਜੇਕਰ ਅਸੀਂ ਬਾਈਪਾਸ 'ਤੇ ਖੜ ਕੇ ਆਖੀ ਜਾਈਏ ਚੰਡੀਗੜ੍ਹ ਜਾਣਾ ਸੀ, ਨਹੀਂ ਨਾ ਪਹੁੰਚ ਸਕਦੇ, ਉੱਥੇ ਬਹਿਣਾ ਪਏਗਾ, ਕਿਸੇ ਸਾਧਨ ਨੂੰ ਅਪਣਾਉਣਾ ਪਏਗਾ। ਇਸੇ ਤਰ੍ਹਾਂ ਲੋਕ ਗੱਲਾਂ ਤਾਂ ਕਰਦੇ ਹਨ ਜੀ, ਪਰਮਾਤਮਾ ਨੂੰ ਮਿਲਣਾ ਹੈ ਜੀ, ਵਾਹਿਗੁਰੂ ਦੇ ਦਰ 'ਤੇ ਕਬੂਲ ਹੋਣਾ, ਲੋਕ ਬੜੀਆਂ ਗੱਲਾਂ ਕਰਦੇ ਹਨ, ਪਰ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ। ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸਜਾਈ, ਬਾਤਨ ਦਾ ਮਾਓ ਗੱਲਾਂ, ਕੇਵਲ ਗੱਲਾਂ ਬਾਤਾਂ ਦੇ ਨਾਲ ਅਸੀਂ ਰੱਬ ਦੇ ਘਰ ਨਹੀਂ ਜਾ ਸਕਦੇ, ਵਾਹਿਗੁਰੂ ਦੇ ਦਰ 'ਤੇ ਕਬੂਲ ਨਹੀਂ ਹੋ ਸਕਦੇ। ਸਭ ਤੋਂ ਪਹਿਲਾਂ ਸਾਨੂੰ ਇਹ ਕੰਮ ਕਰਨਾ ਪਵੇਗਾ ਕਿ ਵਾਹਿਗੁਰੂ ਈ ਹਾਂ ਖਾੜ ਚਲੋ ਹੱਲਾਹਾ ਆ ਗਏ ਬਸਨ ਸੁਵੇਲਾ, ਵੀ ਸਾਨੂੰ ਪਹਿਲਾਂ ਮਿਹਨਤ ਕਰਨੀ ਪਵੇਗੀ। ਵੇਖੋ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ, ਕਿਸੇ ਵੀ ਖੇਤਰ ਦੇ ਵਿੱਚ ਜੇਕਰ ਉਪਰਾਲਾ ਨਹੀਂ ਕਰੋਗੇ, ਮਿਹਨਤ ਨਹੀਂ ਕਰੋਗੇ ਤਾਂ ਕਾਮਯਾਬੀ ਨਹੀਂ ਮਿਲਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਮੁਖੋ ਬੇਅੰਤ ਵਾਰੀ ਇਹ ਗੱਲ ਆਖੀ ਹੈ ਕਿ ਮਨੁੱਖ ਜੇਕਰ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਹੋਵੇ, ਮੇਰੀ ਜ਼ਿੰਦਗੀ ਦੇ ਵਿੱਚ ਸਫਲਤਾ ਕਾਮਯਾਬੀ ਮਿਲੇ, ਅਤੇ ਮਹਾਰਾਜ ਕਹਿਣ ਲੱਗੇ ਇੱਕੋ ਹੀ ਤਰੀਕਾ, ਉਹ ਮਿਹਨਤ ਕਰਨੀ ਪਵੇਗੀ, ਆਪ ਆਪਣੀ ਜ਼ਿੰਦਗੀ ਦੇ ਵਿੱਚ ਉਪਰਾਲਾ ਕਰਨਾ ਪਏਗਾ। ਕਿਉਂਕਿ ਗੁਰਮਤਿ ਅਤੇ ਗੁਰਬਾਣੀ ਦੇ ਵਿੱਚ ਬੇਅੰਤ ਵਾਰੀ ਦਲੀਲਾਂ ਦਿੱਤੀਆਂ ਹਨ ਕਿ ਬੰਦੇ ਜੇਕਰ ਜ਼ਿੰਦਗੀ ਨੂੰ ਸਫਲੀ ਕਰਨਾ ਚਾਹੁੰਦਾ ਤਾਂ ਮਿਹਨਤ ਕਰਨੀ ਪਵੇਗੀ। ਨਹੀਂ ਤਾਂ ਭਾਈ ਗੁਰਦਾਸ ਨੇ ਇਹ ਗੱਲ ਇਸ ਕਰਕੇ ਸਮਝਾਈ ਹੈ ਕਿ ਪੂਛਤ ਸੁਹਾਗਣ ਕੈ, ਕੋਈ ਜੀਵ ਰੂਪੀ ਇਸਤਰੀ ਸੁਹਾਗਣਾ ਦੇ ਕੋਲ ਜਾ ਕੇ ਗੱਲਾਂ ਕਰੇ, ਭੈਣੇ ਤੁਸੀਂ ਕਿਰਪਾ ਕਰਕੇ ਦੱਸੋ ਵੀ ਤੁਸੀਂ ਤਾਂ ਆਪਣੇ ਸਹੁਰੇ ਘਰ ਦੇ ਵਿੱਚ ਬੜੀਆਂ ਸੁਖੀ ਹੋ, ਤੁਹਾਡਾ ਸਿਰ ਦਾ ਸਾਈਂ ਪਤੀ ਪਰਮੇਸ਼ਰ ਤੁਹਾਡੇ ਨਾਲ ਬੜਾ ਪਿਆਰ ਕਰਦਾ ਹੈ, ਤੁਹਾਡੇ ਵਿੱਚ ਐਸਾ ਕਿਹੜਾ ਗੁਣ ਹੈ? ਅਤੇ ਪੂਛਤ ਹੈ ਸੁਹਾਗਣ ਕੈ, ਕਰਮ ਹੈ ਦੁਆਗਣ ਕੈ, ਜੇਕਰ ਉਹਦੇ ਕਰਮ ਠੀਕ ਨਹੀਂ, ਵੇਖੋ ਨਾ ਜਿਹੜੇ ਦੈਵੀ ਗੁਣ ਨੇ ਉਹ ਉਹਦੇ ਵਿੱਚ ਨਹੀਂ ਹੈਗੇ, ਅਤੇ ਹਿਰਦੈ ਵੀ ਵਿਚਾਰ ਕਤ ਸੇਜਾ ਬੁਲਾਈ, ਕਹਿਣ ਲੱਗੇ ਜੇਕਰ ਸੋਚ ਠੀਕ ਨਹੀਂ ਨਾ ਤਾਂ ਦੁਨੀਆ ਵੀ ਤੋੜ ਤੋਂ ਵੀ ਕੇਵਲ, ਦੇਖੋ ਗੁਰਬਾਣੀ ਦੇ ਵਿੱਚ ਇਹ ਜ਼ਿਕਰ ਕੀਤਾ ਹੈ, ਦੋ ਸਰੀਰ ਪਤੀ ਪਤਨੀ ਨਹੀਂ ਹੁੰਦੇ, ਵਿਚਾਰ ਜੇਕਰ ਆਪਸ ਵੀ ਨਹੀਂ ਮਿਲਦੇ ਤਾਂ ਉਸ ਘਰ ਦੇ ਵੀ ਕਦੇ ਖੁਸ਼ੀਆਂ ਨਹੀਂ ਬਣਦੀਆਂ, ਕਦੇ ਵੀ ਉਹ ਜੀਵਨ ਦੀ ਜਿਹੜੀ ਗ੍ਰਸਥੀ ਦੀ ਗੱਡੀ ਹੈ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਪਾਉਂਦੀ, ਕਿੰਨੇ ਵਿਗਾੜ ਦੁਨੀਆ ਵੀ ਅਸੀਂ ਵੇਖ ਰਹੇ ਹਾਂ। ਸੋ ਇੱਥੇ ਭਾਈ ਗੁਰਦਾਸ ਨੇ ਇੱਕ ਦੁਨੀਆਵੀ ਦਲੀਲ ਦੇ ਕੇ ਬੰਦੇ ਨੂੰ ਸਮਝਾਇਆ ਕਿ ਬੰਦੇ ਜੇਕਰ ਚਾਹੁੰਦਾ ਕਿ ਮੈਂ ਵੀ ਵਾਹਿਗੁਰੂ ਦੇ ਦਰ 'ਤੇ ਵਾਹਿਗੁਰੂ ਦੇ ਦੇਸ਼ ਵਿੱਚ ਪ੍ਰਵੇਸ਼ ਹੋ ਸਕਾਂ, ਅਤੇ ਇਹ ਗੱਲ ਹਮੇਸ਼ਾ ਤੈਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਧਾਰਨੀ ਪਵੇਗੀ ਕਿ ਨਿਸ਼ਚਾ ਕਰ, ਨਿਸ਼ਚਾ ਕਰਕੇ ਆਪਣੀ ਮੰਜ਼ਿਲ ਵੱਲ ਵੱਧਦਾ ਰਹੇ। ਔਰ ਇੱਕ ਹੋਰ ਵੀ ਮੈਂ ਬੇਨਤੀ ਕਰਾਂ, ਜਦੋਂ ਵੀ ਬੰਦਾ ਕਿਸੇ ਖੇਤਰ ਵਿੱਚ ਵੱਧਦਾ ਹੈ ਬੜੀਆਂ ਰੁਕਾਵਟਾਂ ਆਉਂਦੀਆਂ ਹਨ, ਪਰ ਤੁਸੀਂ ਵੇਖੋ ਜਦੋਂ ਅਸੀਂ ਦੁਨੀਆ ਵੀ ਦਲੀਲਾਂ ਲੈ ਕੇ
ਆਪਣੇ ਮਨ ਨੂੰ ਸਮਝਾਈਏ। ਹੁਣ ਤੁਸੀਂ ਪਾਣੀ ਦੀ ਗੱਲ ਹੈ, ਪਾਣੀ ਨੂੰ ਜਿੰਨਾ ਮਰਜ਼ੀ ਯਤਨ ਕਰੀਏ, ਜਿੰਨੀ ਮਰਜ਼ੀ ਉਚਾਈ 'ਤੇ ਲੈ ਜਾਈਏ, ਪਰ ਪਾਣੀ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਮੈਨੂੰ ਮੌਕਾ ਮਿਲੇ ਮੈਂ ਥੱਲੇ ਜਾਵਾਂ। ਕਿਉਂ? ਕਿਉਂਕਿ ਸਮੁੰਦਰ ਉਹਦਾ ਮੂਲ ਹੈ, ਸਰੋਤ ਹੈ। ਇਸੇ ਤਰ੍ਹਾਂ ਪਾਣੀ ਪਹਾੜਾਂ ਦੀ ਵੀ ਪਰਵਾਹ ਨਹੀਂ ਕਰਦਾ, ਔਖੇ ਪੈਂਡੇ ਦੀ ਵੀ ਪਰਵਾਹ ਨਹੀਂ ਕਰਦਾ, ਚੱਲਦਾ ਰਹਿੰਦਾ ਹੈ। ਅਤੇ ਭਾਈ ਵੀਰ ਸਿੰਘ ਨੇ ਬਖਸ਼ਿਸ਼ਾਂ ਕੀਤੀਆਂ, ਬਹਿੰਦਾ ਵਗਦਾ ਪਾਣੀ ਤੁਰ ਵੇਖ ਕੇ ਵੀ ਦਿਲ ਮੇਰਾ ਵਗ ਤੁਰਿਆ। ਵੀ ਇਸੇ ਤਰ੍ਹਾਂ ਤੁਸੀਂ ਆਪਣੇ ਮੂਲ ਦੇ ਵੱਲ ਨੂੰ ਤੁਰੋ, ਜਿਸ ਤਰ੍ਹਾਂ ਪਾਣੀ ਹੈ ਉਹ ਰੁਕਦਾ ਨਹੀਂ, ਦਿਨ ਅਤੇ ਰਾਤ ਸਮੁੰਦਰ ਵੱਲ ਨੂੰ ਆਪਣੇ ਮੂਲ ਦੇ ਨਾਲ ਜੁੜਨ ਦੀ ਉਹਦੀ ਕੋਸ਼ਿਸ਼ ਹੁੰਦੀ। ਅੱਗ ਦੀ ਗੱਲ ਵੇਖ ਲਓ, ਅੱਗ ਤੁਸੀਂ ਜਿੰਨਾ ਮਰਜ਼ੀ ਯਤਨ ਕਰਕੇ, ਦੀਵਾ ਹੈ, ਮੋਮਬੱਤੀ ਹੈ, ਜਾਂ ਕੋਈ ਵੀ ਅੱਗ ਦਾ ਸਰੋਤ ਹੈ, ਉਹ ਸੂਰਜ ਵੱਲੋਂ ਖਿੜ ਜਾਂਦੀ ਹੈ। ਇਸੇ ਕਰਕੇ ਮਾਰਨ ਬਖਸ਼ਿਸ਼ਾਂ ਕੀਤੀਆਂ, ਬੰਦੇ ਤੂੰ ਆਪਣੇ ਮੂਲ ਨੂੰ ਪਛਾਣ, ਕੇਵਲ ਗੱਲਾਂ ਬਾਤਾਂ ਨਾ ਕਰ, ਕੇਵਲ ਵਿਖਾਵਾ ਜਾਂ ਦੁਨੀਆ ਵੀ ਧਰਮ ਦੇ ਕਰਮ ਕਰਕੇ ਤੂੰ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਗੱਲ ਯਾਦ ਰੱਖੀ ਕਿ ਵਾਹਿਗੁਰੂ ਦੇ ਦਰ 'ਤੇ ਤੂੰ ਕਬੂਲ ਨਹੀਂ ਹੋ ਸਕਦਾ। ਜਿਹੜੀ ਕਥਨੀ ਅਤੇ ਕਰਨੀ ਦਾ ਸੁਮੇਲ ਉਹ ਕਰਨਾ ਪਵੇਗਾ।